ਪੱਕਾ ਚੈੱਕ ਕਰੋ ਘਰ ਜਾ ਕੇ ਨਿਕਲਣਾ ਹੈ ਸ਼ੁਭ ਮੰਤਰ ਹੋ ਗਈ ਯਿਸ਼ੂ ਮਸੀਹ ਦੇ ਨਾਮ ਚੰਗਾ ਕਿਹਨੇ ਕੀਤਾ ਯਿਸ਼ੂ ਮਸੀਹ ਨੇ ਕਿਹਨੇ ਚੰਗਾ ਕੀਤਾ ਯਿਸ਼ੂ ਮਸੀਹ ਨੇ ਉਹ ਵੱਡੇ ਵੱਡੇ ਕੰਮ ਬੈਠਾ ਸਕਦੇ ਸੀ ਬੈਠ ਉੱਠ ਕੇ ਦੇਖੋ ਬੈਠ ਉੱਠ ਕੇ ਦੇਖੋ ਚੰਗੀ ਤਰ੍ਹਾਂ ਚੈੱਕ ਕਰੋ ਹੁਣ ਹੁੰਦੀ ਆ ਹੁਣ ਹੁੰਦੀ ਦਰਦ ਪੱਕਾ ਕਿੰਨੇ ਸਾਲ ਤੋਂ ਸੀ ਚਾਰ ਸਾਲ ਤੋਂ ਹੁਣ ਦਰਦ ਹੈਗੀ ਨਹੀਂ ਹੈਗੀ ਪੱਕਾ ਜ਼ੋਰਦਾਰ ਤਾੜੀ ਮਾਰਾਂਗੇ ਯਿਸ਼ੂ ਮਸੀਹ ਦੇ ਨਾਮ ਹੁਣ ਤੁਹਾਨੂੰ ਸੁਣਦਾ ਵੀ ਪਿਆ ਹੁਣ ਸੁਣਦਾ ਪੂਰਾ ਕਲੀਅਰ ਸੁਣਦਾ ਉਹ ਜਿਹੜਾ ਸਾਹ ਚੜਦਾ ਹੁਣ ਸਾਹ ਚੜਦਾ ਨਹੀਂ ਚੜਦਾ ਜ਼ੋਰਦਾਰ ਤਾੜੀ ਮਾਰਾਂਗੇ ਯਿਸ਼ੂ ਮਸੀਹ ਦੇ ਹਾਂਜੀ ਸਾਹ ਚੜਿਆ ਹੈ ਨਹੀਂ ਚੜਿਆ ਅੱਗੇ ਸਾਹ ਚੜਦਾ ਸੀ ਬਹੁਤ ਚੜਦਾ ਸੀ ਲਾ ਦੌੜ ਕੇ ਆਓ ਜਰਾ ਯਿਸ਼ੂ ਮਸੀਹ ਦੇ ਨਾਂ ਤੇ ਉਹ ਵੱਡੇ ਵੱਡੇ ਕੰਮ ਕਰੀਦਾ 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 ਅਜੀ ਵਡਿਆਈ ਸਦਾ ਕਰਾ ਦੀ ਵਡਿਆਈ ਆ ਵੱਡੇ ਵੱਡੇ ਚੰਗੀ ਤਰ੍ਹਾਂ ਜਿਹੜਾ ਨਹੀਂ ਕਰ ਸਕਦੇ ਸੀ ਉਹ ਕਰੋ ਜੋ ਨਹੀਂ ਕਰ ਸਕਦੇ ਸੀ ਉਹ ਕਰੋ ਉੱਪਰ ਥੱਲੇ ਨੀਚੇ ਉੱਪਰ ਨੀਚੇ ਹੁਣ ਠੀਕ ਆ ਕੋਈ ਦਰਦ ਨਹੀਂ ਬਿਲਕੁਲ ਨਾਰਮਲ ਆ ਜ਼ੋਰਦਾਰ ਤਾੜੀ ਮਾਰਾਂਗੇ ਯਿਸ਼ੂ ਮਸੀਹ ਦੀ ਹੁਣ ਠੀਕ ਆ ਉਹ ਕਿੱਥੇ ਗਿਆ ਕੈਮਰਾਮੈਨ ਬੋਲੋ ਹਾਂਜੀ ਤੁਹਾਨੂੰ ਚੰਗਾ ਕਿਹਨੇ ਕੀਤਾ ਪ੍ਰਭੂ ਯਿਸ਼ੂ ਮਸੀਹ ਨੇ ਤੁਸੀਂ ਛੋਟੀ ਛੋਟੀ ਤੋਂ ਬਿਨਾ ਇਨਕੋ ਤੋਂ ਬਿਨਾ ਚੱਲ ਸਕਦੇ ਸੀ ਨਹੀਂ ਨਹੀਂ ਚੱਲ ਸਕਦੇ ਸੀ ਨਹੀਂ ਹੁਣ ਤੁਸੀਂ ਚੱਲ ਰਹੇ ਆ ਹਾਂਜੀ ਕੋਈ ਪ੍ਰੋਬਲਮ ਤੁਹਾਨੂੰ ਨਹੀਂ ਬਿਨਾ ਛੋਟੀ ਤੋਂ ਚੱਲ ਰਹੇ ਆ ਨਹੀਂ ਬਿਨਾ ਸੋਟੀ ਤੋਂ ਚੱਲ ਰਹੇ ਹਾਂ ਬਿਨਾ ਅਰਕਾ ਤੋਂ ਚੱਲ ਰਹੇ ਹਾਂ ਕਿੰਨੇ ਚੰਗਾ ਕੀਤਾ ਜੋਰਦਾਰ ਤਾੜੀ ਯਿਸ਼ੂ ਮਸੀਹ ਦੇ ਲਈ ਉੱਚਾ ਖੜ ਕਰੋ ਆਣੀ ਚਾਹੀਦੀ ਆ ਗਈ ਉਹ ਵੱਡੇ ਵੱਡੇ ਕੰਮ ਕਰਦਾ ਉਹ ਵੱਡੇ ਵੱਡੇ ਕੰਮ ਕਰਦਾ ਤੁਹਾਨੂੰ ਕੀ ਪ੍ਰੋਬਲਮ ਕੀ ਹੁੰਦੀ ਸੀ ਪ੍ਰੋਬਲਮ ਕੀ ਹੁੰਦੀ ਸੀ ਕੀ ਹੁੰਦਾ ਸੀ ਦਰਦ ਹੁੰਦਾ ਜੀ ਦਰਦ ਸਾਰੇ ਪਾਸੇ ਚ ਪੂਰੇ ਪਾਸੇ ਚ ਹੁਣ ਦਰਦ ਹੈਗੀ ਜ਼ੋਰ ਨਾ ਕਮਾਓ ਕਮਾਓ ਬੈਠੋ ਉੱਠੋ ਬੈਠੋ ਉੱਠੋ ਚੰਗੀ ਤਰ੍ਹਾਂ ਬਹਿ ਕੇ ਦੇਖੋ ਉੱਠ ਕੇ ਵੇਖੋ ਘੁਮਾ ਕੇ ਦੇਖੋ ਬਾਂਹ ਦਰਦ ਹੈਗੀ ਆ ਕਿੰਨੇ ਚੰਗਾ ਕੀਤਾ ਈਸਾ ਮਸੀਹ ਪਰਮੇਸ਼ਰ ਨੇ